ਗਰਮੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਆਮ ਜਨਤਾ ਦੀਆਂ ਪਰੇਸ਼ਾਨੀਆਂ ਵੱਧ ਜਾਂਦੀਆਂ ਨੇ। ਲਗਾਤਾਰ ਵੱਧ ਰਿਹਾ ਤਾਪਮਾਨ ਘਰ ਨੂੰ ਵੀ ਪੂਰੀ ਤਰ੍ਹਾਂ ਨਾਲ ਸਪਨ ਲਾ ਦਿੰਦਾ ਹੈ। ਹਾਲਾਂਕਿ ਕਈ ਲੋਕ ਆਪਣੇ ਘਰਾਂ ਨੂੰ ਏਅਰ ਕੰਡੀਸ਼ਨਰ ਦੀ ਮਦਦ ਦੇ ਨਾਲ ਠੰਡਾ ਰੱਖਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਏਸੀ ਤੋਂ ਬਿਨਾਂ ਵੀ ਘਰ ਨੂੰ ਠੰਡਾ ਰੱਖਿਆ ਜਾ ਸਕਦਾ ਹੈ? ਜੇਕਰ ਨਹੀਂ ਤਾਂ ਅਸੀਂ ਤੁਹਾਨੂੰ ਇਸ ਦੇ ਚੱਲਦੇ ਫਿਰਦੇ ਉਦਾਹਰਣ ਦੱਸਣ ਜਾ ਰਹੇ ਹਾਂ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦੇਸ਼ ਦੇ ਮਸ਼ਹੂਰ ਕਵੀਆਂ ਦੇ ਵਿੱਚ ਇੱਕ ਡਾਕਟਰ ਕੁਮਾਰ ਵਿਸ਼ਵਾਸ ਬਿਨਾਂ ਏਸੀ ਦੇ ਆਪਣੇ ਘਰ ਨੂੰ ਠੰਡਾ ਰੱਖਦੇ ਹਨ। ਜੀ ਹਾਂ, ਡਾਕਟਰ ਕੁਮਾਰ ਵਿਸ਼ਵਾਸ ਦਾ ਘਰ ਇਹਨਾਂ ਦਿਨਾਂ ਦੇ ਵਿੱਚ ਖੂਬ ਸੁਰਖੀਆਂ ਬਟੋਰ ਰਿਹਾ। ਕੜਾਕੇ ਦੀ ਗਰਮੀ ਤੋਂ ਬਚਣ ਲਈ ਜਿੱਥੇ ਲੋਕ ਏਸੀ ਦੇ ਭਾਲ ਦੇ ਵਿੱਚ ਭਟਕਦੇ ਨੇ, ਉੱਥੇ ਹੀ ਡਾਕਟਰ ਕੁਮਾਰ ਵਿਸ਼ਵਾਸ ਦਾ ਘਰ ਏਸੀ ਤੋਂ ਬਿਨਾਂ ਸ਼ਿਮਲਾ ਬਣਿਆ ਹੋਇਆ। ਦਰਅਸਲ ਹਿੰਦੀ ਦੇ ਮਸ਼ਹੂਰ ਕਵੀ ਡਾਕਟਰ ਕੁਮਾਰ ਵਿਸ਼ਵਾਸ ਨੇ ਗਾਜ਼ੀਆਬਾਦ ਦੇ ਕੋਲ ਆਪਣੇ ਜੱਦੀ ਪਿੰਡ ਪਿਲਖੁਆ ਦੇ ਵਿੱਚ ਇੱਕ ਆਲੀਸ਼ਾਨ ਘਰ ਬਣਾਇਆ। ਇਸ ਘਰ ਨੂੰ ਕੁਮਾਰ ਨੇ ਖਾਸ ਆਈਡੀਆ ਦੇ ਨਾਲ ਬਣਾਇਆ, ਜਿਸ ਦੇ ਵਿੱਚ ਸੀਮੈਂਟ ਰੇਤ ਦੀ ਵਰਤੋਂ ਨਹੀਂ ਕੀਤੀ ਗਈ। ਇਹ ਦੇਖ ਕੇ ਹਰ ਕੋਈ ਹੈਰਾਨ ਹੈ। ਤੁਹਾਨੂੰ ਦੱਸ ਦਈਏ ਕਿ ਕੁਮਾਰ ਵਿਸ਼ਵਾਸ ਦਾ ਗਾਜ਼ੀਆਬਾਦ ਦੇ ਵਸੁੰਧਰਾ ਦੇ ਵਿੱਚ ਵੀ ਇੱਕ ਘਰ ਹੈ। ਅਜਿਹੇ 'ਚ ਅੱਤ ਦੀ ਗਰਮੀ 'ਚ ਵੀ ਇਹ ਘਰ ਠੰਡਾ ਰਹਿੰਦਾ ਹੈ। ਡਾਕਟਰ ਕੁਮਾਰ ਵਿਸ਼ਵਾਸ ਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਸੀ ਕਿ ਉਸਨੇ ਕੇਵੀ ਕੁਟੀਰ ਨੂੰ ਬਣਾਉਣ ਵਿੱਚ ਸੀਮੈਂਟ ਦਾ ਇੱਕ ਯੋਟਾ ਵੀ ਨਹੀਂ ਵਰਤਿਆ। ਇਹ ਘਰ ਪੀਲੀ ਮਿੱਟੀ, ਰੇਤ, ਗੋਬਰ, ਕਈ ਕਿਸਮ ਦੀਆਂ ਦਾਲਾਂ ਦੇ ਚੂਨੇ, ਆਂਵਲੇ ਲਈ ਸੋਧਾ, ਗੁੱਲਰ, ਸ਼ਿਸ਼ਮ ਆਦਿ ਦੇ ਚਿਪਚਿਪੇ ਰੁੱਖਾਂ ਦੇ ਅਵਸ਼ੇਸ਼ਾਂ ਤੋਂ ਬਣਾਇਆ ਗਿਆ। ਇਸ ਨੂੰ ਵੈਦਿਕ ਪਲਾਸਟਰ ਦਾ ਨਾਂ ਦਿੱਤਾ ਗਿਆ। ਪ੍ਰਾਚੀਨ ਭਾਰਤ ਵਿੱਚ ਘਰ ਇਸ ਤਰੀਕੇ ਨਾਲ ਬਣਾਏ ਗਏ ਸਨ। ਡਾਕਟਰ ਕੁਮਾਰ ਵਿਸ਼ਵਾਸ ਦਾ ਘਰ ਪੂਰੀ ਤਰ੍ਹਾਂ ਐਂਟੀ ਬੈਕਟੀਰੀਅਲ ਹੈ। ਇਹ ਗਰਮੀਆਂ ਦੌਰਾਨ ਤਾਪਮਾਨ ਨੂੰ ਕੰਟਰੋਲ ਕਰਦਾ ਹੈ। ਕੁਮਾਰ ਨੇ ਦੱਸਿਆ ਕਿ ਇੱਕ ਵਾਰ ਉਹ ਇੱਕ ਕਿਤਾਬ ਪੜ੍ਹ ਰਹੇ ਸਨ ਜਿਸ ਦੇ ਵਿੱਚ ਇਸ ਕਿਸਮ ਦੇ ਘਰ ਦਾ ਜ਼ਿਕਰ ਕੀਤਾ ਗਿਆ ਸੀ। ਉਦੋਂ ਤੋਂ ਹੀ ਉਸਦੇ ਮਨ ਦੇ ਵਿੱਚ ਅਜਿਹਾ ਘਰ ਬਣਾਉਣ ਦੀ ਇੱਛਾ ਪੈਦਾ ਹੋਈ। ਫਿਰ ਉਸਨੇ ਆਪ ਹੀ ਇੱਕ ਮਿਸਤਰੀ ਨੂੰ ਸਾਰੀ ਗੱਲ ਦੱਸੀ ਅਤੇ ਉਸੇ ਤਰ੍ਹਾਂ ਘਰ ਤਿਆਰ ਕਰਵਾਇਆ। ਕੁਮਾਰ ਵਿਸ਼ਵਾਸ ਕੇਵੀ ਕੁਟੀਰ ਵਿੱਚ ਹਰ ਕਿਸਮ ਦੇ ਜੈਵਿਕ ਫਲ ਅਤੇ ਸਬਜ਼ੀਆਂ ਉਗਾਉਂਦੇ ਹਨ। ਗੰਨੇ ਤੋਂ ਲੈ ਕੇ ਲੌਕੀ ਤੱਕ ਦੀਆਂ ਸਬਜ਼ੀਆਂ ਵੀ ਇੱਥੇ ਉਗਾਈਆਂ ਜਾਂਦੀਆਂ ਨੇ। ਘਰ ਦੇ ਸਾਹਮਣੇ ਇੱਕ ਛੱਪੜ ਬਣਾਇਆ ਗਿਆ ਜਿਸ ਦੇ ਵਿੱਚ ਬੱਤਖਾਂ ਨੂੰ ਪਾਲਿਆ ਵੀ ਗਿਆ। ਘਰ ਦੇ ਵਿੱਚ ਬਹੁਤ ਸਾਰੇ ਔਸ਼ਧੀ ਵਾਲੇ ਰੁੱਖ ਅਤੇ ਪੌਦੇ ਵੀ ਲਗਾਏ ਗਏ ਨੇ। ਇੰਨਾ ਹੀ ਨਹੀਂ, ਕੇਵੀ ਕੁਟੀਰ ਕੋਲ ਇੱਕ ਵੱਡੀ ਲਾਇਬ੍ਰੇਰੀ ਅਤੇ ਰਿਕਾਰਡਿੰਗ ਸਟੂਡੀਓ ਵੀ ਹੈ ਜਿੱਥੇ ਕੁਮਾਰ ਵਿਸ਼ਵਾਸ ਆਪਣੇ ਵੀਡੀਓ ਆਦਿ ਰਿਕਾਰਡ ਕਰਦਾ ਹੈ। ਉਹ ਇੱਥੇ ਸਾਰੇ ਮਹਿਮਾਨਾਂ ਨੂੰ ਵੀ ਮਿਲਦੇ ਨੇ। ਬਾਕੀ ਤੁਹਾਨੂੰ ਕੁਮਾਰ ਵਿਸ਼ਵਾਸ ਦੇ ਅਨੋਖੇ ਆਈਡੀਏ ਵਾਲਾ ਘਰ ਕਿੰਨਾ ਕੁ ਪਸੰਦ ਆਇਆ ਕਮੈਂਟ ਕਰਕੇ ਜ਼ਰੂਰ ਦੱਸੋ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ।